ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਸੱਲੱਲਾਹੁ ਅਲਾ ਮੁਹੰਮਦ। ਸਭ ਸੱਜਣਾਂ ਨੂੰ, ਬੇਲੀਆਂ ਨੂੰ ਅਤੇ ਮਿੱਤਰਾਂ ਨੂੰ ਮੇਰੀ ਤਰਫੋਂ ਪਿਆਰ ਭਰਿਆ ਸਲਾਮ। ਦੁਆਏ ਅੱਲਾ ਪਾਕ ਸਭ ਨੂੰ ਆਪਣੀ ਇਜ਼ੋ ਇਮਾਨ 'ਚ ਰੱਖੇ, ਸਿਹਤ ਵਾਲੀ, ਆਫੀਅਤ ਵਾਲੀ ਅਤੇ ਈਮਾਨ ਵਾਲੀ ਲੰਬੀ ਜ਼ਿੰਦਗੀ ਦੇ। ਲਓ ਵੀ ਸੱਜਣਾਂ, ਅੱਜ ਦੇ ਵੀਲੋ ਦਾ ਕਰਨੇ ਆਗਾਜ਼। ਅਤੇ ਅਲਹਮਦੁਲਿਲਾ, ਜਿਵੇਂ ਕਿ ਸਾਰੇ ਦੋਸਤਾਂ ਨੂੰ ਪਤਾ ਹੈ, ਮਿੱਤਰਾਂ ਨੂੰ ਪਤਾ ਹੈ ਕਿ ਅਸੀਂ ਇਨਕੂਬੇਟਰ ਮਸ਼ੀਨ ਰੱਖੀ ਹੈ ਘਰ ਦੇ ਵਿੱਚ। ਅਤੇ ਅੱਜ ਹਸਨੈਨ ਕਹਿ ਰਿਹਾ ਸੀ ਕੋਈ ਹਰਕਤ ਬਰਕਤ ਹੋ ਰਹੀ ਹੈ ਇਨਕੂਬੇਟਰ 'ਚ, ਕੋ ਆਵਾਜ਼ ਆ ਰਹੀ ਹੈ, ਅਤੇ ਨਜ਼ਾਰਾ ਕਰਾਉਂਦੇ ਹਾਂ ਜੀ ਤੁਹਾਨੂੰ ਇਨਕੂਬੇਟਰ ਦਾ। ਲਓ ਜੀ, ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਲਓ ਜੀ, ਅਲਹਮਦੁਲਿਲਾ, ਅਸੀਂ ਆ ਗਏ ਜੀ ਫਸਟ ਫਲੋਰ 'ਤੇ। ਅਤੇ ਇਹ ਆ ਸਾਡੀ ਇਨਕੂਬੇਟਰ ਮਸ਼ੀਨ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਲਓ ਜੀ, ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਖੁੱਲ ਜਾ ਸਿਮ ਸਿਮ, ਖੁੱਲ ਜਾ ਸਿਮ ਸਿਮ। ਲਓ ਜੀ ਭਾਅ ਜੀ, ਬਿਸਮਿਲ੍ਲਾ ਦੀ ਬਰਕਤ। ਓ ਮਾਸ਼ਾਅੱਲਾ, ਮਾਸ਼ਾਅੱਲਾ, ਮਾਸ਼ਾਅੱਲਾ। ਲਓ ਵੀ ਮਿੱਤਰੋ, ਮੈਨੂੰ ਲੱਗਦਾ ਵੀ ਜਿਵੇਂ ਦੋਵੇਂ ਜਿਹੜੇ ਨਾ ਬੈਂਟਮ ਦੇ ਬੱਚੇ ਨੇ, ਮਾਸ਼ਾਅੱਲਾ। ਦੇਖਦੇ ਹਾਂ ਜੀ। ਓਏ ਹੋਏ ਹੋਏ ਹੋਏ, ਓ ਬਿਸਮਿਲ੍ਲਾ। ਲਓ ਜੀ, ਇਹ ਪੈਰਾਂ ਦੇ ਵਾਲ ਨੇ ਦੇ, ਇਹਦਾ ਮਤਲਬ ਹੋ ਗਿਆ ਕਿ ਇਹ ਬੈਂਟਮ ਦਾ ਬੱਚਾ। ਮਾਸ਼ਾਅੱਲਾ, ਛੋਟੇ ਬੱਚੇ ਨੇ ਜੀ। ਅਤੇ ਦੂਸਰਾ ਕਿੱਧਰ ਗਿਆ? ਉਹ ਘੋਲੂ ਮੋਲੂ, ਇਹ ਹੁਣ ਹੀ ਕਿਤੇ ਅੰਡੇ 'ਚੋਂ ਨਿਕਲਿਆ। ਇਹ ਨਿੱਕੇ ਜਿਹੇ ਅੰਡੇ, ਮਾਸ਼ਾਅੱਲਾ। ਓ ਓ, ਮਾਂ ਨੂੰ ਲੱਭਦਾ ਹੀ ਹੈ। ਬਿਸਮਿਲ੍ਲਾ ਜੀ, ਹੈ ਵੀ ਬੈਂਟਮ ਹੈ ਜੀ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਦੋ ਸਕੋਰ ਮਾਰੇ ਨੇ ਜੀ ਬੈਂਟਮ ਨੇ, ਕਾਲੀ ਨੇ। ਸਾਡੀ ਜਿਹੜੀ ਕਾਲੀ ਮਾਦੀ ਹੈ ਨਾ, ਇਹ ਉਹਦੇ ਬੱਚੇ ਨੇ। ਮਾਸ਼ਾਅੱਲਾ, ਮਾਸ਼ਾਅੱਲਾ, ਮੇਰੇ ਅੱਲਾ ਦੀ ਸ਼ਾਨ। ਅਤੇ ਬਾਕੀ ਬਾਕੀ ਵੀ ਅੰਡੇ ਜਿਹੜੇ ਨੇ ਨਾ, ਹੁਣ ਉਮੀਦ ਇੱਕ ਦੋ 'ਚ ਆਉਂਦੇ ਨੇ, ਬੱਚੇ ਬੱਚੇ ਹੋ ਜਾਣਗੇ ਅੰਡਿਆਂ ਦੇ ਨਾਲ। ਅਤੇ ਮਸ਼ੀਨ ਭਰੀ ਪਈ ਹੈ। ਇਹ ਵੀ ਅੰਡਾ ਤਿਲਕਿਆ ਥੋੜ੍ਹਾ ਥੋੜ੍ਹਾ ਹੈ। ਅਤੇ ਇਹ ਸੀਲਾਂ ਦੇ ਅੰਡੇ ਨੇ, 8-5। ਲਓ ਜੀ, ਡੇਟਾਂ ਉੱਤੇ ਸਾਰਿਆਂ ਦੇ ਲਿਖੀਆਂ ਨੇ। ਠੀਕ ਹੋ ਗਿਆ ਜੀ, ਇਹਨੇ 22 ਤਰੀਕ ਨੂੰ ਨਿਕਲਣਾ ਜੀ। ਅੱਛਾ, ਉਹ ਵੀ ਡੇਟ ਲਿਖੀ ਹੈ ਜਿਸ ਤਰੀਕ ਨੂੰ ਬੱਚੇ ਨਿਕਲਣੇ ਨੇ, ਹੈ 8-6 ਨੂੰ ਨਿਕਲੇਗਾ ਜੀ ਇਹ। ਅੱਛਾ, ਲਓ ਵੀ ਮਿੱਤਰੋ, ਦੋ ਬੱਚੇ ਮਾਸ਼ਾਅੱਲਾ ਬਰਾਮਦ ਹੋ ਗਏ ਨੇ। ਅਤੇ ਬਾਕੀ ਜਿਵੇਂ ਜਿਵੇਂ ਟਾਈਮ ਇਹਨਾਂ ਦਾ ਪੂਰਾ ਹੁੰਦਾ ਜਾਏਗਾ, ਇਨਸ਼ਾਅੱਲਾ ਇਹਨੂੰ ਕਰ ਦਈਏ ਬੰਦ। ਹਾਲੇ 12 ਘੰਟਿਆਂ ਬਾਅਦ ਬੱਚੇ ਕੱਢਾਂਗੇ। ਇੱਕ ਬੱਚਾ ਜਿਹੜਾ ਨਾ ਮੈਨੂੰ ਵੱਡਾ ਲੱਗਦਾ, ਇਹ ਜਿਹੜਾ ਨਾ, ਇਹ ਜਿਹੜਾ ਐਕਟਿਵ ਹੈ ਜ਼ਿਆਦਾ, ਇਹਨੂੰ ਮੇਰਾ ਇਰਾਦਾ ਥੱਲੇ ਲੈ ਜਾਈਏ, ਇਹਨੂੰ ਕੋਈ ਦਾਣਾ ਸ਼ਾਣਾ ਖਿਲਾਈਏ। ਅਤੇ ਇਹ ਹਾਲੇ ਛੋਟਾ ਜਿਹੜਾ ਬੱਚਾ, ਕਿਤੇ ਹੁਣੇ ਨਿਕਲਿਆ ਤਾਜ਼ਾ ਤਾਜ਼ਾ ਹੀ, ਇਹਨੂੰ ਕੋਈ ਹਾਲੇ 8-10 ਘੰਟੇ ਰਹਿਣ ਦੇਣਾ ਜੀ ਇੱਥੇ। ਠੀਕ ਹੋ ਗਿਆ ਜੀ, ਉਹ ਦੇਖ ਰਹੇ ਹੋ ਨਾ, ਉਹਦਾ ਕੱਦ ਵੀ ਵੱਡਾ ਹੈ। ਅਤੇ ਇਸ ਕਰਕੇ ਆ ਜਿਹੜਾ ਵੱਡਾ ਨਾ, ਇਹਨੂੰ ਲੈ ਚੱਲਣੇ ਥੱਲੇ, ਅਤੇ ਦੂਸਰੇ ਨੂੰ ਜਿਹੜਾ ਨਾ ਬਾਅਦ 'ਚੋਂ, ਉਹ 8-10 ਘੰਟਿਆਂ ਬਾਅਦ ਲੈ ਜਾਣਗੇ। ਇਹਨੂੰ ਹੁਣ ਪਾਣੀ ਅਤੇ ਦਾਣੇ ਦੀ ਟ੍ਰੇਨਿੰਗ ਕਰਵਾਈਏ ਜਾ ਕੇ। ਲਓ ਜੀ, ਸਹਿਰ ਮੇਰੀ ਹੈਲਪ ਕਰਾ ਰਹੀ ਹੈ। ਅਸੀਂ ਹੁਣ ਬੱਚੇ ਨੂੰ ਲੈ ਕੇ ਚੱਲੇ ਥੱਲੇ ਅਲੱਗ ਰੂਮ 'ਚ। ਠੀਕ ਹੋ ਗਿਆ ਜੀ, ਤਾਂ ਕਿ ਜਿਹੜਾ ਨਾ ਇਹ ਬੱਚਾ ਸਰਵਾਈਵ ਕਰ ਸਕੇ। ਅਤੇ ਬਾਕੀ ਦੋਸਤੋ, ਬੜਾ ਧਿਆਨ ਰੱਖਣਾ ਪੈਂਦਾ, ਸੁਬਾਹ ਸ਼ਾਮ ਅੰਡਿਆਂ ਨੂੰ ਫੈਲਾਉਣਾ ਪੈਂਦਾ, ਇਹਨਾਂ ਦੇ ਟੈਂਪਰੇਚਰ ਦਾ ਖਿਆਲ ਕਰਨਾ ਪੈਂਦਾ। ਬੱਚੇ ਕਢਾਉਣੇ ਐਡੇ ਸੌਖੇ ਨਹੀਂ ਹੈ, ਬੜੀ ਮਿਹਨਤ ਕਰਨੀ ਪੈਂਦੀ ਹੈ। ਅਤੇ ਇਸ ਕਰਕੇ ਇਹ ਸਾਰਾ ਅਮਲ ਤੁਹਾਨੂੰ ਚਾਹੀਦਾ ਹੈ ਕਿ ਅਗਰ ਕੋਈ ਦੋਸਤ ਯਾਰ ਸੱਜਣ ਡੇਲੀ ਕੋਈ ਬੱਚੇ ਕਢਾਵੇ ਇਨਕੂਬੇਟਰ 'ਚ, ਤਾਂ ਉਹਨੂੰ ਸਾਰਾ ਤਰੀਕਾ ਆ ਜਾਵੇ। ਅਤੇ ਲਓ ਵੀ ਸੱਜਣੋ, ਹੁਣ ਅਸੀਂ ਆਪਣੇ ਬੱਚੇ ਨੂੰ ਲੈ ਕੇ ਚੱਲੇ ਥੱਲੇ। ਇੱਕ ਨੂੰ ਅਸੀਂ ਰਹਿਣ ਦਿੱਤਾ ਇਨਕੂਬੇਟਰ ਦੇ ਵਿੱਚ, ਇਹ ਅਸੀਂ ਦੁਬਾਰਾ ਜਦੋਂ ਨਾ 8-10 ਘੰਟੇ ਬਾਅਦ ਇਹਨੂੰ ਲਵਾਂਗੇ ਇੱਥੋਂ। ਠੀਕ ਹੋ ਗਿਆ ਜੀ, ਲਓ ਵੀ ਮਿੱਤਰੋ, ਹੁਣ ਅਸੀਂ ਆ ਗਏ ਥੱਲੇ ਫਸਟ ਫਲੋਰ 'ਤੇ, ਗਰਾਊਂਡ ਫਲੋਰ 'ਤੇ ਜੀ। ਬੜੀ ਗਰਮੀ ਹੈ, ਬੜੀ ਘੈਂਟ ਗਰਮੀ ਕਹਿ ਸਕਦੇ ਹੋ ਤੁਸੀਂ।
ਲਓ ਜੀ ਹੁਣ ਬੱਚੇ ਨੂੰ ਅਸੀਂ ਟ੍ਰੇਨਿੰਗ ਕਰਵਾਉਣੀ ਹੈ ਬਾਜਰਾ ਖਾਣ ਦੀ। ਇਹ ਫਸਟ ਜਿਹੜਾ ਅਸੀਂ ਇਹਨੂੰ ਪਾਣੀ ਛਾਣੀ ਪਿਲਾਵਾਂਗੇ, ਉਸ ਤੋਂ ਬਾਅਦ ਇਹਦੀ ਟ੍ਰੇਨਿੰਗ ਕਰਾਂਗੇ ਇਹ ਵਾਲੀ, ਠੀਕ ਹੈ ਜੀ। ਤੁਸੀਂ ਦੇਖਿਆ ਜਦੋਂ ਮੁਰਗੀਆਂ ਬੱਚੇ ਕੱਢ ਲੈਂਦੀਆਂ ਅਤੇ ਫਿਰ ਉਹ ਚੁੰਝ ਮਾਰ ਮਾਰ ਕੇ ਨਾ ਜ਼ਮੀਨ 'ਤੇ ਅਤੇ ਬੱਚੇ ਨੂੰ ਵਹਾਉਂਦੀਆਂ ਨੇ, ਅਤੇ ਤਾਂ ਕਿ ਬੱਚਾ ਜਿਹੜਾ ਨਾ ਫਿਰ ਟ੍ਰੇਨਿੰਗ ਲਵੇ। ਅਤੇ ਇਸੇ ਤਰ੍ਹਾਂ ਹੀ ਅਸੀਂ ਵੀ ਇਹਨੂੰ ਟ੍ਰੇਨ ਕਰਾਂਗੇ ਜੀ। ਲਿਓ ਜੀ ਪਾਣੀ ਲਿਆਓ, ਬਿਸਮਿਲ੍ਲਾ ਦੀ ਬਰਕਤ। ਲਓ ਜੀ ਮਾਸ਼ਾਅੱਲਾ ਮਾਸ਼ਾਅੱਲਾ, ਬੱਚਾ ਮਾਸ਼ਾਅੱਲਾ ਐਕਟਿਵ ਹੈ ਜੀ, ਆਪਣੇ ਪਰਾਂ ਨੂੰ ਖਾਰਿਸ਼ ਕਰਦਾ ਪਿਆ ਹੈ ਮਾਸ਼ਾਅੱਲਾ। ਅਤੇ ਇਹ ਇਨਸ਼ਾਅੱਲਾ ਮੈਨੂੰ ਉਮੀਦ ਹੈ ਕਿ ਸਰਵਾਈਵ ਕਰ ਜਾਏਗਾ। ਜਿਹੜਾ ਦੂਸਰਾ ਬੱਚਾ ਸੀ ਉਹ ਅਸੀਂ 8-10 ਘੰਟੇ ਬਾਅਦ ਉੱਥੋਂ ਉਠਾਵਾਂਗੇ ਇਨਕੂਬੇਟਰ 'ਚ, ਫਿਰ ਉਹਦੀ ਵੀ ਟ੍ਰੇਨਿੰਗ ਕਰਾਂਗੇ। ਚਲੋ ਜੀ ਇਹ ਕੋਈ 2 ਦਿਨ ਸਾਨੂੰ ਟ੍ਰੇਨਿੰਗ ਕਰਨੀ ਪੈਣੀ ਹੈ। ਜਦੋਂ ਇਹ ਦਾਣਾ ਚੁੱਕਣ ਲੱਗ ਪਿਆ ਫਿਰ ਸਮਝੋ ਬੱਚਾ ਪਲ ਗਿਆ ਮਾਸ਼ਾਅੱਲਾ। ਲਓ ਵੀ ਮਿੱਤਰੋ ਪੱਖਾ ਮੈਂ ਇਸ ਲਈ ਬੰਦ ਕੀਤਾ ਹੈ ਕਿ ਹਾਲੇ ਇਹਨੂੰ ਪੱਖੇ ਦੀ ਹਵਾ ਦੀ ਜ਼ਰੂਰਤ ਨਹੀਂ ਹੈ। ਸਾਡਾ ਮਤਲਬ ਵੇਖ ਲਓ ਗਰਮੀ 'ਚ ਬੁਰਾ ਹਾਲ ਹੋ ਗਿਆ। ਇਹ ਹਾਲੇ ਪਹਿਲੇ 8-10 ਘੰਟੇ ਅਸੀਂ ਇਹਨੂੰ ਪੱਖੇ ਦੀ ਹਵਾ ਨਹੀਂ ਦੇਣੀ ਕਿਉਂਕਿ ਇਹ ਵੀ ਛਿਲਾ ਹੈ, ਠੀਕ ਹੋ ਗਿਆ ਨਾ। ਇਹ 8-10 ਘੰਟੇ ਬਾਅਦ ਜਿਹੜਾ ਨਾ ਪੱਖੇ ਦੀ ਹਵਾ ਬਰਦਾਸ਼ਤ ਕਰਨ ਦੇ ਕਾਬਿਲ ਹੋ ਜਾਏਗਾ। ਉਦੋਂ ਤੱਕ ਅਸੀਂ ਨਾ ਆਪ ਪੱਖਾ ਚਲਾਉਣਾ ਅਤੇ ਨਾ ਇਹਨੂੰ ਛੋਟੇ ਮੁੰਨੇ ਨੂੰ ਹਵਾ ਦੇਣੀ ਹੈ, ਤਾਂ ਕਿ ਇਹ ਜਿਹੜਾ ਨਾ ਹਾਲੇ ਅੰਡੇ 'ਚੋਂ ਨਿਕਲਿਆ ਅਤੇ ਦੁਨੀਆ ਦੀ ਹਵਾ ਇਹਨੂੰ ਆਹਿਸਤਾ ਆਹਿਸਤਾ ਲਗਵਾਉਣੀ ਹੈ, ਠੀਕ ਹੈ ਨਾ। ਅਸੀਂ ਫਸਟ ਟਾਈਮ ਹੀ ਇਹਨੂੰ ਹਵਾ ਲਗਵਾ ਦੇਵਾਂਗੇ ਅਤੇ ਫਿਰ ਇਹ ਨਾ ਸਰਵਾਈਵ ਨਹੀਂ ਕਰ ਸਕੇਗਾ। ਫਿਲਹਾਲ ਇਹਦੀ ਟ੍ਰੇਨਿੰਗ ਚੱਲ ਰਹੀ ਹੈ ਜੀ, ਬਿਸਮਿਲ੍ਲਾ। ਲਓ ਵੀ ਮਿੱਤਰੋ ਆਈ ਹੋਪ ਕਿ ਅੱਜ ਦੀ ਵੀਡੀਓ ਤੁਹਾਨੂੰ ਡਾਢੀ ਪਸੰਦ ਆਈ ਹੋਏਗੀ। ਜੇ ਪਸੰਦ ਆਈ ਹੈ ਤਾਂ ਲਾਈਕ ਸਬਸਕ੍ਰਾਈਬ ਲਾਜ਼ਮੀ ਕਰਨਾ, ਬੈੱਲ ਆਈਕਨ ਨੂੰ ਦਬਾ ਕੇ ਆਲੀ ਨਾਲ ਕਰ ਛੱਡਣਾ। ਅਤੇ ਸਾਡੇ ਉਹ ਸੱਜਣ ਬੇਲੀ ਮਿੱਤਰ ਜਿਹੜੇ ਸਾਨੂੰ ਸਬਸਕ੍ਰਾਈਬ ਨਹੀਂ ਕਰ ਰਹੇ ਉਹ ਕਰ ਛੱਡਣ ਯਾਰ। ਇਹਦਾ ਸਭ ਤੋਂ ਵੱਡਾ ਫਾਇਦਾ ਤੁਹਾਨੂੰ ਇਹ ਹੋਏਗਾ ਕਿ ਸਾਡੀ ਹਰ ਆਉਣ ਵਾਲੀ ਨਵੀਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਬਆਸਾਨੀ ਪਹੁੰਚ ਜਾਏਗੀ। ਲਓ ਜੀ ਮਿਲਦੇ ਹਾਂ ਅਗਲੇ ਵੀਲੌਗ 'ਚ ਨਵੀਆਂ ਗੱਲਾਂ ਨਵੀਆਂ ਬਾਤਾਂ ਅਤੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਮੇਰਾ ਅਤੇ ਤੁਹਾਡਾ ਰੱਬ ਰਾਖਾ, ਅੱਲਾ ਨਿਗਹਿਬਾਨ। ਅਸਲਾਮ ਅਲੈਕੁਮ ਵਰਹਮਤੁਲਲਾਹ।